ਮੈਂ ਕਰਮਜੀਤ ਕੌਰ ਚਹਿਲ ਚਹਿਲ ਕਲੈਕਸ਼ਨ ਮਾਨਸਾ ਚਹਿਲ ਕਲੈਕਸ਼ਨ ਯੂਟਿਊਬ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰੇ ਵੱਲੋਂ ਸਾਰੇ ਹੀ ਯੂਟਿਊਬ ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸ਼ੌਪ ਦਾ ਐਡਰੈਸ ਤੁਹਾਨੂੰ ਪਤਾ ਹੀ ਹੈ, ਬੱਸ ਸਟੈਂਡ ਦੇ ਬਿਲਕੁਲ ਨਾਲ ਚੰਨ ਚਹਿਲ ਵਾਲੀ ਗਲੀ ਮਾਨਸਾ। ਇਹ ਬੱਸ ਅੱਡੇ ਦੀ ਜਿਹੜੀ ਛੋਟੀ ਕੰਧ ਦੇ ਨਾਲ ਨਾਲ ਆ ਕੇ ਬਸ ਇੱਕ ਜਾਂ ਅੱਧੇ ਮਿੰਟ ਦਾ ਹੀ ਰਸਤਾ। ਤੇ ਅੱਜ ਜਿਹੜੇ ਤੁਹਾਡੇ ਲਈ ਮੈਂ ਸੂਟ ਲੈ ਕੇ ਆਈ ਹਾਂ ਨਾ, ਇਹ ਵਿੰਟਰ ਦੀ ਮਤਲਬ ਲਾਸਟ ਤੇ ਕਲੈਕਸ਼ਨ ਹੈਗੀ। ਇਹ ਜਿਹੜੇ ਜਿਹੜੇ ਮੇਰੇ ਕੋਲ ਸੂਟ ਪਏ ਆ ਵਿੰਟਰ ਵਾਲੇ, ਵੈਸੇ ਤਾਂ ਅਸੀਂ 15-20 ਦਿਨਾਂ ਤੋਂ ਕੱਪੜਾ ਬੰਦ ਕੀਤਾ ਹੋਇਆ, ਤੇ ਉਹ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਵੀ ਜਿਹੜੇ ਪਏ ਨੇ। ਤੁਸੀਂ ਇਹਨਾਂ 'ਚੋਂ ਸਕਰੀਨਸ਼ੋਟ ਲੈ ਕੇ ਮੰਗਵਾਉਣਾ ਹੋਊਗਾ, ਉਸ ਤੋਂ ਬਾਅਦ ਕੋਟਨ ਦੀ ਵੀਡੀਓ ਬਣੂੰਗੀ। ਇਹ ਲਾਸਟ ਵੀਡੀਓ ਹੈ। ਇਹ ਜਿਹੜਾ ਸੂਟ ਹੈ 350 ਰੁਪਏ ਦੀ ਰੇਂਜ 'ਚ ਹੈ। ਇਹਨਾਂ ਦਾ ਰੇਟ ਰਹੂਗਾ 350 ਰੁਪਇਆ। ਇਹ ਸਾਰੇ 350 ਰੁਪਏ ਦੀ ਰੇਂਜ 'ਚ ਨੇ। ਸਤਿ ਅਕਾਲ ਜੀ, ਇਹਦਾ ਰੇਟ ਰਹੂਗਾ 350 ਰੁਪਇਆ। ਜੇ ਕਿਸੇ ਨੇ ਬਾਏ ਕਰਨਾ ਹੋਵੇ ਤਾਂ ਸਕਰੀਨਸ਼ੋਟ ਲੈ ਕੇ ਭੇਜ ਦਿਓ, ਕਿਉਂਕਿ ਹੁਣ ਸਰਦੀਆਂ ਵਾਲਾ ਜਿਹੜਾ, ਸਰਦੀਆਂ ਵਾਲੇ ਦੀ ਇਹ ਲਾਸਟ ਹੀ ਵੀਡੀਓ ਹੈ। ਇਹ ਆ ਗਏ 350 ਦੀ ਰੇਂਜ 'ਚ। ਤੇ ਆਹ ਜਿਹੜੇ ਨੇਗੇ ਇਹ 450 ਰੁਪਏ ਦੀ ਰੇਂਜ 'ਚ ਨੇ। ਇਹਨਾਂ ਦਾ ਰੇਟ ਰਹੂਗਾ 450 ਅਲਪਾਈਨ। ਇਹ ਕੱਪੜਾ ਵਧੀਆ ਹੁੰਦਾ, ਬੁਰੇ ਤੇ ਆਉਂਦਾ ਨਹੀਂ ਹੈ। ਇਹ ਮਹਿੰਦੀ ਸ਼ੇਡ ਦੇ ਵਿੱਚ ਆ ਗਿਆ, ਇਹ ਫਿਰੋਜ਼ੀ ਹੈ, ਪਿੰਕ ਲੈਮਨ ਕਲਰ ਆ ਗਿਆ, ਪਿੰਕ ਵਾਈਨ ਜਾ, ਗੋਲਡਨ ਗੋਲਡਨ ਦੇ ਵਿੱਚ ਫਿਰੋਜ਼ੀ ਜਿਹੜਾ ਡਿਜ਼ਾਈਨ ਹੈ, ਇਹ ਕੌਫੀ ਤੇ ਲੈਮਨ ਸ਼ੇਡ ਹੈ। ਬਲੂ ਚੈੱਕ ਆ ਗਿਆ, ਇਹ ਬਲੈਕ ਆ ਗਿਆ, ਇਹ ਵੀ ਲੈਮਨ ਜੀ ਲਾਈਨ ਦੇ ਵਿੱਚ ਆ ਗਿਆ। ਇਹ ਛੋਟੀ ਬੂਟੀ ਆ ਗਿਆ, ਇਹ ਆ ਗਿਆ ਜੀ ਪੀਚ ਕਲਰ। ਇਹਨਾਂ ਦਾ ਰੇਟ ਸਾਰਿਆਂ ਦਾ 450 ਰੁਪਇਆ ਰਹੂਗਾ। ਆਫ ਵਾਈਟ ਦੇ ਵਿੱਚ ਆ ਗਿਆ, ਇਹ ਬਲੈਕ ਔਰ ਮਸਟਰਡ ਹੈ, ਮਹਿਰੂਨ ਸ਼ੇਡ ਆ ਗਿਆ, ਬਲੂ ਆ ਗਿਆ, ਫਿਰੋਜ਼ੀ ਕਲਰ ਬਲੂ ਦੇ ਵਿੱਚ ਫਿਰੋਜ਼ੀ ਫਲਾਰ ਨੇ, ਇਹ ਪਿੰਕ ਆ ਗਿਆ, ਆ ਬਲੂ ਕਲਰ ਵਾਲੇ 'ਚ ਮਹਿੰਦੀ ਪ੍ਰਿੰਟ ਆ ਗਿਆ,
ਵਿੱਚ ਪੀਚ ਕਲਰ ਦੇ ਫਲਾਰ ਨੇਗੇ, ਇਹਦੇ ਚ ਇੱਕ ਦੋ ਪ੍ਰਿੰਟ ਹੋਰ ਵੀ ਹੈਗੇ ਸੀਗੇ। ਇਹ ਫਿਰੋਜ਼ੀ ਕਲਰ ਆ ਗਿਆ, ਇਹ ਗੋਲਡਨ ਦੇ ਵਿੱਚ ਰੈੱਡ ਫਲਾਰ ਨੇ, ਇਹ ਪਿੰਕ ਆ ਗਿਆ। ਆ ਲਓ ਜੀ, ਇਹ ਆ ਗਿਆ ਰੈੱਡ ਕਲਰ ਚ, ਇਹ ਆ ਗਿਆ ਪੀਚ ਕਲਰ, ਲੈਮਨ ਜਾ ਕਲਰ, ਇਹ ਆ ਗਿਆ ਜੀ ਗ੍ਰੀਨ ਸ਼ਰਟ ਚ। ਰੇਟ ਇਹਨਾਂ ਦਾ ਸਾਰਿਆਂ ਦਾ ਰਹੂਗਾ 450 ਰੁਪਇਆ। ਅਲਪਾਈਨ ਦੇ ਵਧੀਆ ਸੂਟ ਨੇ ਇਹ ਆ ਗਿਆ ਜੀ ਗ੍ਰੇ ਕਲਰ ਚ, ਇਹ ਆ ਗਿਆ ਗ੍ਰੀਨ ਕਲਰ, ਲਾਈਟ ਗ੍ਰੀਨ, ਇਹ ਗ੍ਰੀਨ ਥੋੜਾ ਫਿਰੋਜ਼ੀ ਵਾਲੇ ਪਾਸੇ ਚੱਲ ਜਾਂਦਾ। ਇਹ ਆ ਗਿਆ ਪਿੰਕ ਸ਼ੇਡ, ਮਹਿਰੂਨ, ਗ੍ਰੀਨ, ਗ੍ਰੀਨ ਸ਼ੇਡ, ਲਾਈਟ ਔਰ ਡਾਰਕ ਗ੍ਰੀਨ, ਇਹ ਆ ਗਿਆ ਪਿੰਕ। ਇਹਨਾਂ ਦਾ ਰੇਟ ਸਾਰਿਆਂ ਦਾ ਰਹੂਗਾ 450 ਰੁਪਇਆ। ਜਿਹਨੇ ਮੈਂ ਹੁਣ ਤੁਹਾਨੂੰ ਦਿਖਾਉਂਗੀ ਚਕਲੀ ਤੋਂ, ਇਹ ਆ ਗਈ ਜੀ ਇਟਾਲੀਅਨ ਵੂਲ, ਇਹਦਾ ਰੇਟ ਰਹੂਗਾ 720 ਰੁਪਏ। ਮੈਚਿੰਗ ਦਾ ਰੇਟ ਥੋੜਾ ਘੱਟ ਜਾਣਾ, ਪਰ ਇਹ ਆਲ ਓਵਰ ਹੀ ਪਏ ਨੇ ਸਾਰੇ। ਇਹਨਾਂ ਦਾ ਰੇਟ 720 ਰੁਪਏ। ਕੱਪੜਾ ਇਹ ਵਧੀਆ ਇਟਾਲੀਅਨ ਵੂਲ, ਤੁਸੀਂ ਪਹਿਲਾਂ ਕਾਫੀ ਸਾਰੀ ਖਰੀਦ ਚੁੱਕੇ ਹੋ। ਇਹ ਸ਼ਰਟ ਹੀ ਹੈ, ਇਹਦੇ ਨਾਲ ਆਹ ਕਲਰ ਦੀ ਸਲਵਾਰ ਹੈ, ਇਹਦਾ ਰੇਟ ਰਹੂਗਾ ਬੋਲ ਕੇ ਦੱਸ ਦੇ, ਇਹਦਾ ਰੇਟ ਰਹੂਗਾ 680। ਆ ਲਓ ਜੀ, ਇਹ ਸੈਲਫ ਪ੍ਰਿੰਟ ਦੇ ਵਿੱਚ ਹੀ ਹੈ, ਥੋੜਾ ਹਲਕਾ ਹਲਕਾ ਪ੍ਰਿੰਟ ਹੈ, ਪੂਰਾ 5 ਮੀਟਰ ਹੈ, ਇਹਦਾ ਵੀ ਰੇਟ ਰਹੂਗਾ 720 ਰੁਪਏ। ਇਹ ਸਾਰੇ ਸੀ ਜਿਹੜੇ 720 ਰੁਪਏ ਦੀ ਰੇਂਜ ਸੀਗੇ, ਤੇ ਇੱਕ 720 ਵਾਲੇ ਚ ਇਹ ਆ ਗਿਆ ਕਲਰ ਮਜੰਟਾ, ਇਹਦੇ ਨਾਲ ਇਹ ਸਲਵਾਰ ਹੈ। ਹੋਰ ਵੀ ਕਲਰ ਕੋਈ ਹੈਗਾ ਇਹਦੇ ਚ? ਸਾਰੇ ਆ ਗਏ। ਇਹ ਆ ਗਏ ਜੀ ਰਾਮਟੈਕਸ ਦੇ, ਇਹ ਰਾਮਟੈਕਸ ਦੇ ਵਿੱਚ ਆ ਗਏ, ਇਹਨਾਂ ਦਾ ਰੇਟ ਵੀ 720 ਰੁਪਏ। ਮਹਿੰਦੀ ਸ਼ੇਡ ਚ ਆ ਗਿਆ, ਇਹ ਕਲਰ ਪਹਿਲਾਂ ਆਈ ਗਿਆ, ਚੱਕ ਦੋ ਇਹਨਾਂ ਨੂੰ। ਇਹ ਆ ਗਿਆ ਮੈਰੂਨੋ ਵੂਲ, ਕੱਪੜਾ ਇਹ ਵੀ ਉਹੀ ਹੈ, ਮੋਟਾ ਕੱਪੜਾ, ਸੋਹਣਾ ਇਟਾਲੀਅਨ ਵੂਲ ਹੈ। 600
ਇਹਦਾ ਰੇਟ ਰਹੂਗਾ 600 ਰੁਪਇਆ। ਬਸ ਇਹ ਪ੍ਰਿੰਟਾਂ ਕਰਕੇ ਹੈ, ਕੌਫੀ ਸ਼ੇਡ ਚ ਆ ਗਿਆ। ਇਹ ਮਹਿੰਦੀ ਉਹੀ 720 ਵਾਲੇ ਚ ਆ ਗਿਆ। ਇਹ 680 ਵਾਲੇ ਚ ਮੈਚਿੰਗ ਬਲਿਊ ਸਲਵਾਰ ਨਾਲ ਇਹਦੀ ਮੈਚਿੰਗ ਹੈ। ਇਹ 600 ਰੁਪਏ ਦੀ ਰੇਂਜ ਚ। ਪਲੇਨ ਸਲਵਾਰ ਨਾ ਇਹ 600 ਰੁਪਏ ਦੀ ਰੇਂਜ ਚ। ਇਹਦਾ ਰੇਟ ਰਹੂਗਾ 500 ਰੁਪਇਆ, 450। ਇਹਦਾ ਰੇਟ ਰਹੂਗਾ 480 ਰੁਪਏ। ਇੱਕ ਇਹਦੇ ਚਾਹ ਕਲਰ ਹੈ 480 ਵਾਲੇ ਚ, ਇੱਕ ਇਹਦੇ ਚ ਹੈਗਾ ਔਰੇਂਜ ਕਲਰ। ਆ ਪਿਓਰ ਪਸ਼ਮੀਨਾ ਹੈ ਗਰੇ ਸਲਵਾਰ ਨਾਲ, ਇਹਦਾ ਰੇਟ ਰਹੂਗਾ 550 ਰੁਪਇਆ। ਕੋਈ ਇਹਤੇ ਬੁਰ ਨਹੀਂ ਆਉਂਦਾ, ਬੁਰਦੀ ਇਹਦੀ ਫੁੱਲ ਗਰੰਟੀ। ਇੱਕ ਇਹਦੇ ਚਾਹ ਕਲਰ ਰਹਿ ਗਿਆ। ਸਾਢੇ 500 ਰੁਪਏ ਦੀ ਰੇਂਜ। ਤੇ ਕੁਛ ਅਸੀਂ ਝਾਤ ਮਰਵਾ ਦੋ। ਇਹ ਰਹੇ ਇਹ 400 ਰੁਪਏ ਦੀ ਰੇਂਜ ਨੇ ਸਾਰੇ। ਆ ਦੇਖੋ ਇਹ 400 ਰੁਪਏ ਦੀ ਰੇਂਜ ਨੇ ਸਾਰੇ। ਇਹ ਵੀ ਮੋਟਾ ਸਟਾਫ ਹੈ, ਇਹਨੂੰ ਛੱਡ ਕੇ ਇਹ 400 ਰੁਪਏ ਦੀ ਰੇਂਜ ਨੇ। ਨੀਚੇ ਵਾਲਾ ਵੀ ਇਹ ਜਿਹੜਾ 400 ਰੁਪਏ ਦੀ ਰੇਂਜ ਚ ਹੈ, ਇਹ ਵੀ 400 ਰੁਪਏ ਦੀ ਰੇਂਜ ਨੇ ਸਾਰੇ। ਤੇ ਜੇ ਕਿਸੇ ਨੇ ਬਾਏ ਕਰਨਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਭੇਜ ਦਿਓ। ਇਹਦੇ ਵਿੱਚ ਬੂਲ ਵੀ ਹੈ, ਤੇ ਇਹ ਚਿੱਟ ਬਿੱਲ ਜ਼ਿਆਦਾ ਹੈ। ਇਹਨਾਂ ਦਾ ਰੇਟ ਸਾਰਿਆਂ ਦਾ ਰਹੂਗਾ 400 ਰੁਪਏ। ਜੇ ਕਿਸੇ ਨੇ ਬਾਏ ਕਰਨਾ ਹੋਵੇ ਤਾਂ ਸਰਦੀਆਂ ਵਾਲਾ ਜਿਹੜਾ ਸਕਰੀਨਸ਼ਾਟ ਲੈ ਕੇ ਭੇਜੋ। ਸਰਦੀਆਂ ਵਾਲੇ ਦੀ ਇਹ ਲਾਸਟ ਵੀਡੀਓ ਹੈ, ਇਸ ਤੋਂ ਬਾਅਦ ਸਰਦੀਆਂ ਵਾਲੇ ਸਟੋਕ ਦੀ ਕੋਈ ਵੀਡੀਓ ਨਹੀਂ ਪਊਗੀ। ਇਸ ਤੋਂ ਬਾਅਦ ਜਿਹੜੀ ਆ ਕੋਟਨ ਚੱਲੂਗੀ। ਤੇ ਤੁਸੀਂ ਕਮੈਂਟਾਂ ਦੇ ਵਿੱਚ ਇੰਨਾ ਪਿਆਰ ਤੇ ਸਤਿਕਾਰ ਦਿੰਦੇ ਹੋ।